ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਵਿਧਾਨ ਸਭਾ ਦੇ ਚੋਣ ਪ੍ਰਚਾਰ ਵਿਚ ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਵੱਖ ਵੱਖ ਥਾਵਾਂ ਉੱਤੇ ਪਾਰਟੀ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਸਭ ਤੋਂ ਪਹਿਲਾਂ ਅਮਿਤ ਸ਼ਾਹ ਨੇ ਅੰਮ੍ਰਿਤਸਰ ਅਤੇ ਬਾਅਦ ਵਿਚ ਲੁਧਿਆਣਾ ਵਿਚ ਰੈਲੀਆਂ ਨੂੰ ਸੰਬੋਧਨ ਕੀਤਾ। ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਉਨ੍ਹਾਂ ਨੇ ਅੰਮ੍ਰਿਤਸਰ ਦੇ ਰਣਜੀਤ ਅਵੈਨਿਊ ਵਿਚ ਉਮੀਦਵਾਰ ਰਾਜਿੰਦਰ ਮੋਹਨ ਚੀਨਾ, ਵਿਧਾਨ ਸਭਾ ਦੇ ਉਮੀਦਵਾਰ ਅਨਿਲ ਜੋਸ਼ੀ, ਤਰੁਣ ਚੁੱਗ ਅਤੇ ਰਾਕੇਸ਼ ਗਿੱਲ, ਰਾਜੇਸ਼ ਹਨੀ ਦੇ ਪੱਖ ਵਿਚ ਇੱਕ ਵਿਸ਼ਾਲ ਜਨਸਭਾ ਨੂੰ ਸੰਬੋਧਨ ਕੀਤਾ। ਜਦਕਿ ਬਾਅਦ ਦੁਪਹਿਰ 4 ਵਜੇ ਲੁਧਿਆਣਾ ਵਿਚ ਗੱਠਜੋੜ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ, ਕਮਲ ਜੇਟਲੀ ਅਤੇ ਪ੍ਰਵੀਨ ਬਾਂਸਲ ਦੇ ਪੱਖ ਵਿਚ ਇਕੱਠ ਨੂੰ ਸੰਬੋਧਨ ਕਰਨ ਪਹੁੰਚੇ। ਆਤੰਕਵਾਦ ਕੇ ਸਾਹਮਣੇ ਇਸ ਪੰਜਾਬ ਸੂਬੇ ਨੇ ਬਹੁਤ ਬੜੀ ਲੜਾਈ ਲੜੀ, ਕੁਰਬਾਨੀਆਂ ਦੀ, ਸ਼ਹੀਦ ਜੀ ਦੀ। ਔਰ ਅੱਜ ਕੋਈ ਆਪਣੇ ਆਪ ਕੋ ਸੀਐਮ ਬਣਾ ਕਰਨੇ ਕੇ ਲਿਏ ਫਿਰ ਸੇ ਅਗਰ ਪੰਜਾਬ ਕੀ ਸ਼ਾਂਤੀ ਕੋ ਜੋਖਿਮ ਮੇ ਡਾਲਤਾ ਹੈ ਤੋ ਆਪਨੇ ਫੈਸਲਾ ਕਰਨਾ ਹੈ ਕਿ ਵੋਟ ਉਨਕੋ ਦੇਣਾ ਹੈ ਜਿਨ੍ਹੋਂਨੇ ਪੰਜਾਬ ਕਾ ਵਿਕਾਸ ਕੀਆ, ਯਾ ਉਨਕੋ ਦੇਣਾ ਹੈ ਜੋ ਪੰਜਾਬ ਕੋ ਫਿਰ ਸੇ ਆਤੰਕਵਾਦ ਕੇ ਰਾਸਤੇ ਪੇ ਲੈ ਜਾਏਗਾ। ਮਿੱਤਰੋ, ਬਹੁਤ ਬੜੀ ਬਾਤ ਕਰਨੀ ਨਹੀਂ ਚਾਹਤਾ। ਜਬ ਸੇ ਮੋਦੀ ਜੀ ਕੀ ਸਰਕਾਰ ਬਣੀ ਹੈ ਦੇਸ਼ ਮੇ 2.5 ਸਾਲ ਹੋ ਗਏ, ਨਰੇਂਦਰ ਮੋਦੀ ਸਰਕਾਰ ਪਰ ਕੋਈ ਭ੍ਰਸ਼ਟਾਚਾਰ ਕਾ ਆਰੋਪ ਨਹੀਂ ਲਗਾ ਸਕਦਾ। ਬਹੁਤ ਸਾਰੇ ਕਾਮ ਕੀਏ ਹੈ, ਵਨ ਰੈਂਕ ਵਨ ਪੈਨਸ਼ਨ, ਸਰਜੀਕਲ ਸਟ੍ਰਾਈਕ, ਨੋਟਬੰਦੀ, ਉਜਵਲਾ ਯੋਜਨਾ, ਨੀਮ ਕੋਟੇਡ ਯੂਰੀਆ ਔਰ ਸੋਇਲ ਹੈਲਥ ਕਾਰਡ, ਔਰ ਪੰਜਾਬ ਕੋ ਵੀ ਬਹੁਤ ਕੁਝ ਦਿਆ ਹੈ।